ਕਾਲਾ ਤੇਲਾ ਬਹੁਤ ਹੈ ਜੀ, ਕਾਲੇ ਤੇਲੇ ਦੀ ਗੱਲ ਨੂੰ ਦਿਖਾਉਣਾ, ਤੇਲਾ ਨੁਕਸਾਨ ਕਿਵੇਂ ਕਰਦਾ। ਹਾਂ ਜੀ ਜੱਗੀ ਵੀਰੇ, ਆਹ ਦੇਖੋ ਵੀਰ ਜੀ, ਦੇਖੋ ਕਿਵੇਂ ਬੈਠਾ ਤੇਲਾ, ਕਾਲਾ ਤੇਲਾ ਇਹਦੀਆਂ ਜੜਾਂ 'ਚ ਬਹਿ ਗਿਆ। ਇਹ ਸਪਰੇਅ ਚੱਲ ਰਹੀ ਆ ਵੀਰੇ ਡੋਟੀ ਦੀ, ਅੱਛਾ ਜੀ, ਹਲਦੀ ਰੋਗ ਦੀ, ਜ਼ਿਆਦਾਤਰ ਕਾਲੇ ਤੇਲੇ ਦਾ ਅਟੈਕ ਆ ਜ਼ਿਆਦਾਤਰ। ਉਹ ਵੀ ਕਿਸਾਨ ਭਰਾਵੋ, ਤੁਹਾਨੂੰ ਦਿੰਦੇ ਆਪਾਂ ਜਾਣਕਾਰੀ ਕਿਹੜੀ ਦਵਾਈ ਕਿੰਨੇ ਬਿੱਘੇ 'ਚ ਕਿੰਨੇ ਕਿੱਲਿਆਂ 'ਚ ਇੱਕ ਡੱਬਾ ਪੈਂਦਾ, ਅਤੇ ਜਿਵੇਂ ਆਹ ਤੁਸੀਂ ਦੇਖ ਸਕਦੇ, ਘੋਲ ਬਣਾ ਕੇ ਸਪਰੇਅ ਕਰਾਂਗੇ ਆਪਾਂ ਆਪਣੀ ਜੀਰੀ ਪਰਾਂ। ਪੀਣ ਗਰਮੀ ਹੋ ਗਈ ਜ਼ਿਆਦੇ, ਅਤੇ ਰੇਡੀਏਟਰ ਹੋ ਗਏ ਗਰਮ, ਪੂਰੇ ਬਾਲਾ ਮਾਰ ਰਹੇ ਨੇ। ਹਾਂਜੀ ਜੱਟੋ, ਆਪਾਂ ਹੁਣ ਆਹ ਪਾ ਰਹੇ ਹਾਂ ਉੱਲੀ ਤੋਂ, ਜੋ ਕਿ ਦਬੋਨਾ ਕੰਪਨੀ ਦਾ, ਅਤੇ ਇਹ ਵੀਰੇ 7 ਬਿਘਿਆਂ 'ਚ ਇੱਕ ਪੈਕਟ ਪੈਂਦਾ, ਅਤੇ ਉਹ ਕਿੱਲੇ ਪਰ ਪਈ ਆ, ਕਿੱਲੇ ਪਰ। ਉਹ ਵੀ ਕਿਸਾਨ ਭਰਾਵੋ, ਤੁਹਾਨੂੰ ਦਿੰਦੇ ਆਪਾਂ ਜਾਣਕਾਰੀ ਕਿਹੜੀ ਦਵਾਈ ਕਿੰਨੇ ਬਿਘੇ 'ਚ ਕਿੰਨੇ ਕਿੱਲਿਆਂ 'ਚ ਇੱਕ ਡੱਬਾ ਪੈਂਦਾ, ਅਤੇ ਜਿਵੇਂ ਆਹ ਤੁਸੀਂ ਦੇਖ ਸਕਦੇ ਹੋ, ਚੁਆਇਸ ਦੀ ਆ ਗਈ, ਆਪਣੀ ਸਟਾਰ ਪਲੱਸ ਆ ਗਈ, ਸੁਪਰ ਯੋਧਾ ਆ ਗਈ, ਹੈਂਗਰ ਆ ਗਈ, ਅਤੇ ਬਈ ਇਹ ਆਪਾਂ ਸਾਰੀਆਂ ਦਵਾਈਆਂ ਜਿਵੇਂ ਤੇਲੇ ਦੀ ਹੋ ਗਈ, ਕਾਲਾ ਤੇਲਾ ਹੋ ਗਿਆ, ਉੱਲੀ ਦੀ ਹੋ ਗਈ, ਗਾਹਾਂ ਹਲਦੀ ਦੀ ਹੋ ਗਈ, ਆਹ ਤੋਤੀ ਉੱਡਦੀ ਆ ਵੀਰੇ, ਤੋਤੀ ਬਹੁਤ ਆਪਣੇ 01 ਬੀਜ 'ਚ ਤੋਤੀ ਦੀ ਹੋ ਗਈ, ਬਾਕੀ ਉੱਲੀ ਆ, ਬਾਕੀ ਤੁਹਾਨੂੰ ਜੱਗੀ ਵੀਰ ਤੁਹਾਨੂੰ ਸਾਰੀ ਵੀਡੀਓ ਬਾਰੇ ਜਾਣਕਾਰੀ ਦਊਗਾ ਸਾਰੀਆਂ ਦਵਾਈਆਂ ਬਾਰੇ। ਦੱਸਿਓ ਵੀਰੇ ਕਿਹੜੀ ਕਿਹੜੀ ਦਵਾਈ ਕਾਹਦੇ ਵਾਸਤੇ ਆ? ਇਹ ਚਾਸਾ ਬਾਈ ਜੀ, ਹਾਂਜੀ, ਤੇਲੇ 'ਤੇ ਲੰਬਾ ਆਸਰਾ, 20 ਦਿਨ ਦਾ, 20 ਦਿਨ ਦਾ ਆਸਰਾ ਜੀ। ਇਹ ਕਿੰਨੇ ਕਿੰਨੇ ਏਕੜ 'ਚ ਪੈਂਦੀ ਹੈ ਇਹ ਦਵਾਈ ਵੀਰੇ? ਇਹ 7 ਏਕੜ 'ਚ ਪੈਂਦੀ ਆ ਬਾਈ ਜੀ। ਇੱਕ ਲੀਟਰ ਦਾ ਡੱਬਾ ਹੈ, ਮਤਲਬ 1 ਕਿਲੋ ਦਾ, ਇਹ 1 ਲੀਟਰ ਆ ਵੀਰੇ। ਅੱਛਾ ਜੀ, ਇਹ ਮੌਕੇ ਵਾਲੀ ਹੈ। ਅੱਛਾ ਜੀ, ਠੀਕ ਹੈ ਠੀਕ ਹੈ ਜੀ। ਅਤੇ ਇਹ ਸੁੰਡੀ ਵਾਸਤੇ ਆਪਣੀ, ਸੁਪਰ ਯੋਧਾ ਆ ਗਈ ਇਹ ਸੁੰਡੀ ਵਾਸਤੇ, ਸੁੰਡੀ ਵਾਸਤੇ ਆ। ਇਹ ਆਪਣੀ ਟਿੱਡਾ ਭੁੰਡੀ, ਅੱਛਾ ਟਿੱਡਾ ਭੁੰਡੀ ਤੋਂ ਹੈਂਕਰ ਆ ਗਈ ਜੀ, ਉੱਡਦੀ ਜਿਹੜੀ। ਅੱਛਾ ਜੀ, ਇਹ ਆ ਵੀਰੇ ਉਡਾਮਾ ਦੀ, ਉਡਾਮਾ ਦੀ ਹਲਦੀ ਦੇ, ਇਹ ਹਲਦੀ ਤੋਂ ਉਡਾਮਾ ਦੀ ਆ ਗਈ। ਇਹ ਵੀਰੇ 26 ਤੇ ਜਿਹੜੀ ਬਿਮਾਰੀ ਆ ਇਹ ਜ਼ਿਆਦਾ ਪੈ ਰਹੀ ਆ ਇਹ 26 ਪਰ, ਹਲਦੀ ਦੀ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਪਿੱਛੇ ਵੀਡੀਓ 'ਚ ਵੀ ਦਿਖਾਇਆ, ਹਲਦੀ ਦੇ ਜੋ ਕਿ ਹਲਦੀ ਬਹੁਤ ਪੈ ਰਹੀ ਆ 26 ਜੀਰੀ ਨੂੰ, ਅਤੇ ਆਪਾਂ ਉਹਦੇ ਵਾਸਤੇ ਆਪਾਂ ਇਹ ਪਾ ਰਹੇ ਹਾਂ ਦਵਾਈ ਉਡਾਮਾ ਦੀ, ਇਹ ਹਲਦੀ ਵਾਸਤੇ ਆ। ਅਤੇ ਜਿਵੇਂ ਕਿ ਤੁਹਾਨੂੰ ਜਾਣਕਾਰੀਆਂ ਦੇ ਦਿੱਤੀਆਂ, ਆਹ ਦੇਖੋ ਤੋਤੀ ਦਵਾਈਆਂ ਪਰੇ ਆ ਕੇ ਬਹਿ ਰਹੀ ਆ, ਕਹਿੰਦੀ ਵੀ ਸੱਜਣਾ ਤੈਂ ਤਾਂ ਸਾਨੂੰ ਮਾਰਤਿਆ, ਅਤੇ ਬਾਕੀ ਉੱਧਰ ਚੱਲ ਰਹੀ ਆ ਸਾਡੀ ਫੌਜ ਆ ਰਹੀ ਆ। ਅਤੇ ਬਾਈ ਅੱਤ ਦੀ ਗਰਮੀ ਆ, ਤੁਸੀਂ ਦੇਖ ਸਕਦੇ ਹੋ ਵੀ ਬੰਦੇ ਮਾੜਾ ਜਿਹਾ ਸਪਰੇਅ ਕਰਦੇ ਆ, ਲਾਉਂਦੇ 5 ਕਿੱਲੇ ਨਾਲ ਦੀ ਨਾਲ ਦਮ ਮਾਰਨਾ ਪੈਂਦਾ। ਇਹ ਸਪਰੇਅ ਚੱਲ ਰਹੀ ਆ ਵੀਰੇ ਡੋਟੀ ਦੀ, ਅੱਛਾ ਜੀ, ਹਲਦੀ ਰੋਗ ਦੀ, ਜ਼ਿਆਦਾਤਰ ਕਾਲੇ ਤੇਲੇ ਦਾ ਅਟੈਕ ਆ, ਜ਼ਿਆਦਾਤਰ ਕਾਲੇ ਤੇਲੇ ਦਾ। ਜੇ ਆਪਾਂ ਦੇਖੀਏ ਗੱਲ ਕਰੀਏ, ਕਾਲਾ ਤੇਲਾ ਬਹੁਤ ਪੈ ਗਿਆ ਹੈ ਨਾ, ਕਾਲਾ ਤੇਲਾ ਬੇਹਿਸਾਬ ਪੈ ਗਿਆ, ਮੌਸਮ ਬਹੁਤ ਹੈ, ਕੁਦਰਤ ਦੀ ਕਰੋਪੀ ਆ ਵੀਰੇ, ਇੱਕ ਤਾਂ ਇੱਕ ਸਰਕਾਰਾਂ ਨਕੰਮੀਆਂ ਹੋ ਗਈਆਂ ਬਾਈ ਜੀ ਸਰਕਾਰਾਂ। ਸਹੀ ਗੱਲ ਆ, ਵੱਡੀ ਗੱਲ ਤਾਂ ਇਹੀ ਆ, ਹੁਣ ਜੇ ਸਾਥ ਨਹੀਂ ਦੇ ਰਹੀਆਂ, ਠੀਕ ਵੱਢਣ ਵਾਲੀ ਹੋਈ ਪਈ ਆ, ਜ਼ਿਮੀਦਾਰ ਕੀ ਕਰੇ ਵਿਚਾਰਾ। ਉਧਰੋਂ ਹਲੇ ਸਰਕਾਰੀ ਬੋਲੀ ਨਹੀਂ ਸ਼ੁਰੂ ਹੋਈ, ਸਰਕਾਰੀ ਬੋਲੀ ਸ਼ੁਰੂ ਨਹੀਂ ਹੋਈ, 1 ਅਕਤੂਬਰ ਤੋਂ ਕਹਿੰਦੇ ਹਲੇ ਐ ਨਹੀਂ ਪਤਾ ਵੀ ਲੈਣਗੇ ਜੀਰੀ ਕਿ ਨਹੀਂ, ਹਲੇ ਜਿਵੇਂ 26 ਜੀਰੀ ਨੂੰ ਤੰਗ ਕਰ ਰਹੇ ਨੇ ਵੀ ਲੈ ਨਹੀਂ ਰਹੇ। ਕਾਲੇ ਤੇਲੇ ਦੀ ਸਪਰੇਅ, ਜੇ ਹੁਣ ਆਪਾਂ ਗੱਲ ਕਰੀਏ, ਆਪਾਂ ਹੱਥਣੇ ਜਾ ਕੇ ਦੇਖੀਏ, ਬੱਲਬ ਲਾ ਦਿੰਦੇ ਹਾਂ ਤਾਂ ਤੜਕੇ ਦੇਖਦੇ ਹਾਂ ਤਾਂ 1-1.5 ਕਿਲੋ ਕਾਲਾ ਤੇਲਾ ਤਾਂ ਇੱਕ ਬੱਲਬ ਹੇਠ ਪਿਆ ਹੁੰਦਾ। ਬਹੁਤ ਕਾਲਾ ਤੇਲਾ ਬਾਈ ਜੀ, ਪੱਕੀ ਵੀ ਫਸਲ ਹੈ, ਫਸਲ ਨੂੰ ਸੰਭਾਲੋ, ਸਪਰੇਅ ਕਰਾਓ ਕਾਲੇ ਤੇਲੇ ਦੀ, ਕਾਲੇ ਤੇਲੇ ਦੀ। ਹਾਂਜੀ ਜੱਟੋ, ਆਪਾਂ ਹੁਣ ਆਹ ਪਾ ਰਹੇ ਹਾਂ ਉੱਲੀ ਤੋਂ, ਜੋ ਕਿ ਦਬੋਨਾ ਕੰਪਨੀ ਦਾ, ਅਤੇ ਇਹ ਵੀਰੇ 7 ਬਿਘਿਆਂ 'ਚ ਇੱਕ ਪੈਕਟ ਪੈਂਦਾ, ਅਤੇ ਇਹ 1 ਕਿਲੋ ਦਾ ਪੈਕਟ ਆ, ਅਤੇ ਇਹ ਫੰਗੀ ਸਾਈਡ ਆ ਬਰੋ, ਅਤੇ ਆਪਾਂ ਇਹ 7 ਬਿਘੇ 'ਚ ਆਹ ਇੱਕ ਪੂਰਾ ਪੈਕਟ ਪਾਉਂਦੇ ਹਾਂ, ਤੁਸੀਂ ਦੇਖ ਲਓ, ਕਰ ਲਓ ਚੈੱਕ। ਅਤੇ ਬਾਈ ਜਿਹਦੀ ਖੇਤ 'ਚ ਉੱਲੀ ਜ਼ਿਆਦਾ, ਜੀਰੀ 'ਚ ਉੱਲੀ ਜ਼ਿਆਦਾ, ਤਾਂ ਉਹ ਆਹ ਪੈਕਟ ਪਾ ਸਕਦਾ। ਕੀ ਕਹਿੰਦੀ ਆ ਫਿਰ ਜੀਰੀ? ਕਾਲਾ ਤੇਲਾ ਬਹੁਤ ਹੈ ਜੀ, ਕਾਲੇ ਤੇਲੇ ਦੀ ਚੱਲ ਰਹੀ ਆ ਸਪਰੇਅ।
ਤੇ ਥਾਲਤੀਆਂ ਧਮੱਕੀਆਂ ਕਾਲੇ ਤੇਲੇ ਨੇ, ਕਿਉਂਕਿ ਰਾਤ ਨੂੰ ਬੱਲਬ ਦੇ ਚਾਨਣੇ 'ਚ ਪਤਾ ਲੱਗਦਾ ਧੜਕੇ ਨੂੰ ਜ਼ਿਆਦਾ ਕਿਲੋ ਡੇਢ ਕਿਲੋ ਹਰੇਕ ਬੱਲਬ ਹੇਠ ਹੁੰਦਾ, ਤੇਲਾ ਬਹੁਤ ਆ ਬਈ। ਅਤੇ ਉਹਦੀ ਚੱਲ ਰਹੀ ਆ ਸਪਰੇ, ਸਪਰੇ ਵੀ ਕਿੱਲੇ ਦੀ ਪੈ ਰਹੀ ਆ, 2,000-2,500 ਦੀ ਸਪਰੇ ਪੈ ਰਹੀ ਆ। ਹਾਂਜੀ ਵੀਰੇ, ਇਹ ਹੈਗੀ ਆਪਣੀ 26 ਜੀਰੀ, ਤੁਸੀਂ ਇਹਦੇ 'ਤੇ ਹਲਦੀ ਦੇਖ ਸਕਦੇ ਹੋ, ਇੰਨੀ ਨਹੀਂ ਹੈਗੀ ਪਰ ਹੈਗੀ ਜ਼ਰੂਰ ਆ। ਅਤੇ ਇਹਦੇ ਵਿੱਚ ਆਪਾਂ ਉਡਾਮਾ ਦੀ ਪਾਈ ਆ ਵੀਰੇ, ਸਾਲਟ ਉਹਦਾ ਸਪਰੇ ਕਰਿਆ ਆਪਾਂ, ਜੋ ਕਿ 5 ਕਿੱਲਿਆਂ ਦੇ ਵਿੱਚ 1 ਲੀਟਰ ਦੀ ਬੀਪੀ ਪੈ ਜਾਂਦੀ ਆ ਉਹ, ਅਤੇ ਆਪਾਂ ਉਡਾਮਾ ਕੰਪਨੀ ਦੀ ਪਾਈ ਆ। ਲਓ ਵੀ ਕਿਸਾਨ ਵੀਰੋ, ਤੁਹਾਨੂੰ ਦਿਖਾਉਂਦੇ ਹਾਂ ਤੇਲਾ ਨੁਕਸਾਨ ਕਿਵੇਂ ਕਰਦਾ। ਹਾਂਜੀ ਜੱਗੀ ਵੀਰੇ, ਆਹ ਦੇਖੋ ਵੀਰ ਜੀ, ਦੇਖੋ ਕਿਵੇਂ ਬੈਠਾ ਤੇਲਾ, ਕਾਲਾ ਤੇਲਾ ਜੜਾਂ 'ਚ ਬਹਿ ਗਿਆ। ਆਹ ਦੇਖ ਲਓ ਜੀਰੀ ਗਾਲਤੀ ਬਾਈ, ਜੀਰੀ ਗਾਲਤੀ ਜੜਾਂ 'ਚ। 5 ਦਿਨ ਦੇ ਵਿੱਚ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਵੀ ਜੀਰੀ ਦਾ ਕੀ ਹਾਲ ਕਰਤਾ। ਤੁਸੀਂ ਨੁਕਸਾਨ ਦੇਖੋ ਵੀ, ਕਾਲਾ ਤੇਲਾ ਜੜਾਂ 'ਚ ਐਂ ਬੈਠ ਜਾਂਦਾ ਵੀ ਜੀਰੀ ਥੋਥੀ ਕਰ ਦਿੰਦਾ ਥੱਲੋਂ। ਅਤੇ ਹੁਣ ਆਪਾਂ ਕਰ ਰਹੇ ਹਾਂ ਸਪਰੇ ਇਹਦੀ, ਤੇਲੇ ਦੀ, ਕਾਲੇ ਤੇਲੇ ਦੀ। ਕਾਲਾ ਤੇਲਾ ਹਾਈ ਬਹੁਤ ਆ ਵੀਰੇ, ਇੱਕ ਆਪਣੀ ਹੈਗੀ ਇਹ ਜੀਰੀ ਸੰਘਣੀ, ਲਾਗ ਥੋੜ੍ਹੀ ਜਿਹੀ ਸੰਘਣੀ ਗਈ, ਨਵਾਂ ਬੀਜ ਸੀਗਾ ਐਤਕੀ ਆਪਾਂ ਪਹਿਲੀ ਵਾਰ ਟਰਾਇਲ ਕਰਿਆ। ਇਹ ਲੱਗਦਾ ਹੁੰਦਾ ਸਿੱਧਾ ਅਤੇ ਪੂਛਾ ਜਿੰਨਾ ਟਾਈਮ ਲੈਂਦਾ ਹੁੰਦਾ ਇਹ। ਦੇਖੋ ਪੱਕੀ ਵੀ ਜੀਰੀ ਆ ਜਿਹਦੇ ਅਸੀਂ ਸਪਰੇਅ ਕਰੀਆ ਬਾਈ, ਪੱਕੀ ਵੀ ਜੀਰੀ ਆ ਜਿਹਦੇ ਪਰ ਆਪਾਂ ਸਪਰੇਅ ਕਰ ਰਹੇ ਹਾਂ। ਚਲੋ ਬਾਕੀ ਕੋਈ ਗੱਲ ਨਹੀਂ, ਤੇਲੇ ਵੀਰ ਉਹਨਾਂ ਦਾ ਵੀ ਟਾਈਮ ਆ, ਕਿਉਂ ਜੀ ਪੈ ਜਾਣਦੇ ਕਿੰਨਾ ਕੁ ਪੈਂਦਾ। ਅਤੇ ਕਈ ਵੀਰ ਉਹ ਨਹੀਂ ਕਹਿੰਦੇ ਹੁੰਦੇ ਆ ਵੀਡੀਓ ਦੇ ਥੱਲੇ ਕਮੈਂਟ ਕਰਦੇ ਹੁੰਦੇ ਆ ਵੀ ਵੀਰੇ ਤੁਸੀਂ ਜ਼ਹਿਰ ਪਾ ਰਹੇ ਹੋ, ਦਵਾਈਆਂ ਪਾ ਰਹੇ ਹੋ। ਵੀਰੇ ਜਿਹੜਾ ਬੋਲਦਾ ਹੁੰਦਾ ਮੇਰਾ ਵੀਰ, ਉਹ ਸਾਨੂੰ ਵੀਰ ਬਣ ਕੇ ਕੰਟੈਕਟ ਨੰਬਰ ਜ਼ਰੂਰ ਸ਼ੇਅਰ ਕਰਦਾ, ਅਗਰ ਤੁਸੀਂ ਤੁਹਾਨੂੰ ਦੱਸਿਆ ਕਰਾਂਗੇ ਵੀ ਇਲਾਜ ਤਾਂ ਦੱਸੋ ਸਾਨੂੰ ਕੀ ਹੈ ਇਹਦਾ, ਜੇ ਆਪਾਂ ਦਵਾਈ ਨਹੀਂ ਪਾਵਾਂਗੇ ਫਸਲ ਨਹੀਂ ਬਚਦੀ। ਹੁਣ ਆਪਾਂ ਜਾਈਏ ਵੀ ਕਿਹੜੇ ਪਾਸੇ ਨੂੰ, ਜ਼ਿਮੀਦਾਰ ਕਿਹੜੇ ਪਾਸੇ ਨੂੰ ਜਾਈਏ, ਜੇ ਆਪਾਂ ਗੱਲ ਕਰੀਏ ਵੀ ਖਰਚੇ, ਆਪਣੇ ਖਰਚੇ ਹੋ ਗਏ ਮੂਹਰੇ ਤਾਂ ਬੰਦਾ ਜ਼ਿਮੀਦਾਰ ਬਚੂਗਾ ਵੀ ਕਿਵੇਂ। ਜੇ ਆਪਾਂ ਹੁਣ ਫਸਲ 'ਤੇ ਸਪਰੇਅ ਨਹੀਂ ਕਰਾਂਗੇ ਤਾਂ ਫਸਲ ਬਚੂਗੀ ਕਿਵੇਂ, ਤੁਸੀਂ ਗੱਲ ਦਾ ਜਵਾਬ ਦਿਆ ਕਰੋ ਵੀਰੇ। ਕਮੈਂਟਾਂ ਥੱਲੇ ਤਾਂ ਹਰੇਕ ਵੀਰ ਕਹਿ ਦਿੰਦਾ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਵੀ ਇਸ ਚੀਜ਼ ਬਾਰੇ, ਫਾਰਮਰ ਫੀਲਡ ਬਾਰੇ ਪਤਾ ਨਹੀਂ ਹੈਗਾ, ਉਹ ਹਰੇਕ ਵੀਰ ਆ ਕੇ ਕਮੈਂਟ ਕਰ ਦਿੰਦਾ ਵੀ ਵੀਰੇ ਆਪਣਾ ਤੁਸੀਂ ਪੈਸਟੀਸਾਈਡ 'ਤੇ ਸਪਰੇਅ ਬਹੁਤ ਕਰ ਰਹੇ ਹੋ ਵੀ ਜ਼ਹਿਰ ਪਾ ਰਹੇ ਹੋ, ਨਸਲਾਂ ਵੀ ਬਰਬਾਦ ਹੋ ਰਹੀਆਂ ਨੇ। ਵੀਰੇ ਇਲਾਜ ਵੀ ਤਾਂ ਦੱਸ ਦਿਓ ਸਾਨੂੰ, ਇਲਾਜ ਕੀ ਆ ਜੇ ਸਾਨੂੰ ਹੋਰ ਇਹਦੇ ਫਸਲਾਂ ਪਰ MSP ਮਿਲ ਜਾਵੇ, ਸਾਨੂੰ ਕਣਕ ਜੀਰੀ ਲਾਉਣ ਦੀ ਕੀ ਲੋੜ ਆ, ਬੰਦਾ ਬਦਲਵੀਆਂ ਵੀ ਫਸਲਾਂ ਲਾ ਸਕਦਾ। ਅਤੇ ਬਾਕੀ ਕੋਈ ਗੱਲ ਨਹੀਂ, ਜਿਹਨੇ ਕਮੈਂਟ ਕਰਨਾ ਉਹਦਾ ਕਰੇ ਦੇਣਾ ਵੀਰੇ, ਤੁਸੀਂ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ, ਪੂਰੀ ਵੀਡੀਓ ਜ਼ਰੂਰ ਦੇਖਿਓ, ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ। ਅਤੇ ਇੱਧਰ ਪਾਣੀ ਆਏ ਨੇ ਪੀਣ, ਗਰਮੀ ਹੋ ਗਈ ਜ਼ਿਆਦੇ ਅਤੇ ਰੇਡੀਏਟਰ ਹੋ ਗਏ ਗਰਮ ਪੂਰੇ, ਬਾਲਾ ਮਾਰ ਰਹੇ ਨੇ ਅਤੇ ਇੰਜਣਾਂ 'ਚ ਹੁਣ ਮਗਲੈਲ ਸਣੇ ਪਾਣੀ ਪਾ ਰਹੇ ਨੇ ਸਾਡੇ ਨੌਜਵਾਨ ਵੀਰ। ਅਤੇ ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਕਮੈਂਟ ਬਹੁਤ ਆਏ ਸੀਗੇ ਵੀ ਆਹ ਜੀਰੀ ਕਿਹੜੀ ਆ, ਅਤੇ ਅੱਜ ਵੀਰ ਇਹਦੇ ਵਾਸਤੇ ਆਪਾਂ ਫੁੱਲ ਵੀਡੀਓ ਤੁਹਾਡੇ ਵਾਸਤੇ ਵੀਡੀਓ 'ਚ ਦਿਖਾਉਂਦੇ ਹਾਂ, ਪੂਰੀ ਵੀਡੀਓ ਦੇ ਤੁਹਾਨੂੰ ਦਿੰਦੇ ਜਾਣਕਾਰੀ। ਇਹ ਹੈਗਾ ਵੀਰੇ 01 ਬੀਜ ਆ, ਇਹ ਅਸੀਂ ਇੱਥੇ ਪਿੰਡ ਦੇ ਤਾਜ ਤੋਂ ਹੀ ਲਿਆ ਸੀਗਾ ਸਾਡੇ ਪਿੰਡੋਂ ਹੀ। ਅਤੇ ਵੀਰੇ ਤੁਸੀਂ ਬੀਜ ਚੈੱਕ ਕਰ ਸਕਦੇ ਹੋ, ਦਾਣਾ ਤਾਂ ਹੈਗਾ ਬਹੁਤ, ਇਹ ਲੈਂਦੀ ਆ ਵੀਰੇ, ਤੁਸੀਂ ਦਾਣੇ ਦੀ ਮੋਟਾਈ ਚੈੱਕ ਕਰ ਸਕਦੇ ਹੋ, ਦਾਣਾ ਤਾਂ ਹੈਗਾ 1 ਨੰਬਰ, ਅਤੇ ਖੇਤ ਵੀ ਪੂਰੇ, ਦਾਣੇ ਵੀ ਪੂਰੇ ਨੇ, ਝਾੜ ਵੀ ਆਪਾਂ ਨੂੰ ਪੂਰਾ ਦਊਗਾ ਤਕਰੀਬਨ 7 ਕੁਇੰਟਲ, 7.5 ਕੁਇੰਟਲ ਦਾ ਜੇ ਮਾਲਕ ਸੁੱਖ ਰੱਖੇ। ਅਤੇ ਬ੍ਰਦਰ ਇਹ ਜਿਹੜਾ ਟਾਈਮ ਲੈਂਦੀ ਆ ਪੂਛਾ ਜਿੰਨਾ ਟਾਈਮ ਲੈਂਦੀ ਆ, ਅਤੇ ਥੋੜ੍ਹੀ ਜਿਹੀ ਨਿਸਰਦੀ ਵੀ ਲੇਟ ਆ, ਜਿਵੇਂ 128 ਨਾਲੋਂ ਵੀ 28 ਪਹਿਲਾਂ ਨਿਸਰ ਜਾਂਦੀ ਆ, ਤੋਂ 15-20 ਦਿਨ। ਅਤੇ ਇਹ ਵੀਰੇ ਨਿਸਰਦੀ ਵੀ ਲੇਟ ਆ, ਪਰ ਇਹਨੂੰ ਜਿਵੇਂ ਨਾ ਇਹ ਛਿੱਦੀ ਸਾਨੇ ਥੋੜ੍ਹੀ ਜਿਹੀ ਸੰਘਣੀ ਲਵਾਤੀ, ਅਤੇ ਇਹ ਛਿੱਦੀ ਜਿਹੀ ਲੱਗਣੀ ਚਾਹੀਦੀ ਆ ਵੀਰੇ, ਤਾਂ ਕਿ ਇਹ ਝਾੜ ਇਹਨੂੰ ਹਵਾ ਵੀ ਲੱਗ ਸਕੇ, ਨਾ ਕੋਈ ਬਿਮਾਰੀ ਪਵੇ, ਉੱਲੀ ਨਹੀਂ ਪੈਂਦੀ ਹੈਗੀ, ਤਾਂ ਜੇ ਆਪਾਂ ਇਹਨੂੰ ਛਿੱਦੀ ਲਾਵਾਂਗੇ ਤਾਂ ਇਹਦੇ 'ਚ ਉੱਲੀ ਨਹੀਂ ਪੈਂਦੀ ਹੈਗੀ। ਤਾਂ ਇਹ 01 ਬੀਜ ਆ ਵੀਰੇ, ਅਤੇ ਤੁਹਾਨੂੰ 26 ਵੀ ਦਿਖਾਉਂਦੇ ਹਾਂ, ਇਹ ਹੈਗਾ 26 ਬੀਜ ਆ, ਇਹ ਤਾਂ ਪੱਕ ਚੁੱਕਿਆ ਤਕਰੀਬਨ, ਹਫ਼ਤੇ ਤੱਕ ਇਹਦੀ ਵਢਾਈ ਚੱਲ ਪੂਗੀ। ਅਤੇ ਇੱਧਰ ਸਾਡੇ ਸੂਰਮੇ ਆ ਰਹੇ ਨੇ ਚੱਕੀ ਬਾਲਟੀਆਂ ਸਪਰੇਅ ਵਾਲੇ, ਇੱਧਰ ਸਾਡੇ ਬਾਈਓ ਨਹੀਂ ਐਨ ਤਰਸੇਮ ਸਿੰਘ ਚੱਕ ਰਹੇ ਨੇ ਫੱਟੇ, ਇੱਧਰ ਗੋਵਿੰਦਾ ਵੀ ਨਾਲ ਸੱਗੀ ਨਾਲ ਪਰਾਂਦਾ ਕਹਿੰਦੇ ਹੁੰਦੇ ਆ, ਅਤੇ ਇਹਦਾ ਵੀ ਬੜਾ ਯੋਗਦਾਨ ਆ ਸਾਡੀ ਜੀਰੀ ਪਾਲਣ 'ਚ।
ਸਪਰੇਅ ਵੀ ਇਹੀ ਕਰਾਉਂਦਾ, ਰੇਹ ਵੀ ਇਹੀ ਪਾਉਂਦਾ ਅਤੇ ਇੱਧਰ ਚੱਲ ਰਿਹਾ ਵੀਰੇ ਪੂਰਾ ਜ਼ੋਰਾਂ ਸ਼ੋਰਾਂ 'ਤੇ ਕੰਮ। ਚਾਰ ਬੰਦੇ ਲੱਗੇ ਹੋਏ ਨੇ ਸਪਰੇਅ, ਦੋ ਪਿੰਡ ਲਾਏ ਹੋਏ ਨੇ ਅਤੇ ਅੱਜ ਤੁਹਾਨੂੰ ਸਾਰੀ ਦਿੱਤੀ ਆ ਵੀਰੇ ਜਾਣਕਾਰੀ ਵੀਡੀਓ 'ਚ, ਹੈ ਨਾ, ਜਿਵੇਂ ਵੀ ਆਪਾਂ ਸਪਰੇਅ ਕਰ ਰਹੇ ਹਾਂ ਅਤੇ ਤੁਸੀਂ ਤੁਹਾਨੂੰ ਕਿਵੇਂ ਲੱਗੀ ਜਾਣਕਾਰੀ ਸਾਰੀ ਦੱਸਿਓ ਅਤੇ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ। ਖਤਰਨਾਕ ਅਟੈਕ ਆ ਬਾਈ ਜੀ ਕਾਲੇ ਤੇਲੇ ਦਾ, ਕਾਲੇ ਤੇਲੇ ਦੀ ਸਪਰੇਅ ਕਰਾਓ ਵੱਧ ਤੇ ਵੱਧ ਜਿੰਨੀ ਹੋ ਸਕਦੀ ਆ। ਬਹੁਤ ਅਟੈਕ ਆ ਬਾਈ ਜੀ ਕਾਲੇ ਤੇਲੇ ਦਾ, ਕਾਲੇ ਤੇਲੇ ਦਾ ਬਹੁਤ ਅਟੈਕ ਹੈ ਜੀ। ਰਾਤ ਨੂੰ ਬਾਲਵਾਂ ਦੇ ਮੂਹਰੇ ਦੇਖੋ ਕਿਵੇਂ ਆ ਵਾ ਹੁੰਦਾ ਕਾਲਾ ਤੇਲਾ। ਅਤੇ ਕਿਸਾਨ ਭਰਾਵੋ, ਆਪਾਂ ਪਾ ਰਹੇ ਹਾਂ ਇਹ ਦਵਾਈਆਂ ਦਾ ਘੋਲ ਬਣਾ ਕੇ ਸਪਰੇਅ ਕਰਾਂਗੇ ਆਪਾਂ ਆਪਣੀ ਜੀਰੀ ਪਰ। ਅਤੇ ਵੀਰੇ ਇਹ ਆਪਾਂ ਸਾਰੀਆਂ ਦਵਾਈਆਂ ਆ ਗਈਆਂ, ਜਿਵੇਂ ਆਪਣੀ ਸਟਾਰ ਪਲੱਸ ਆ ਗਈ, ਵਿਨਰ ਆ ਗਈ, ਇੱਧਰ ਸੁਪਰ ਯੋਧਾ, ਚੁਆਇਸ ਆ ਗਈ, ਹੈਂਗਰ ਆ ਗਈ, ਅਤੇ ਜਿਵੇਂ ਵੀਰੇ ਆਪਾਂ ਤੇਲੇ ਤੋਂ ਪਾ ਰਹੇ ਹਾਂ ਸਟਾਰ ਪਲੱਸ, ਹੋਰ ਉੱਲੀ ਵਾਲੀ ਹੋ ਗਈ, ਅਤੇ ਆਪਾਂ ਤੁਹਾਨੂੰ ਮੈਂ ਇੱਕ ਹੋਰ ਪੈਕਟ ਦਿਖਾਉਂਦਾ। ਇਹ ਦਵਾਈਆਂ ਤਾਂ ਆਪਾਂ ਪਾ ਰਹੇ ਹਾਂ, ਆਪਾਂ ਉੱਲੀ ਤੋਂ ਆਪਾਂ ਵੀਰੇ ਆਹ ਵੀ ਪੈਕਟ ਪਾ ਸਕਦੇ ਹਾਂ। ਇਹ 7 ਕੁ ਬੀਘਿਆਂ ਦਾ ਵੀਰੇ ਪੈਂਦਾ, ਉਹ 5-5 ਕਿੱਲਿਆਂ ਦੀ ਦਵਾਈ ਆ ਲੀਟਰ, ਅਤੇ ਇਹ ਵੀਰੇ ਆਪਣਾ ਕਿਲੋ ਦਾ ਪੈਕਟ ਆ ਜੋ ਕਿ ਦਿਵੋਨਾ ਕੰਪਨੀ ਦਾ ਉੱਲੀ ਤੋਂ। ਇਹ ਆਪਾਂ ਵੀਰੇ ਬੈਸਟ ਆ, ਜੇ ਆਪਾਂ ਹੁਣ ਕਰਤਾ ਵਧੀਆ ਰਹੇ ਹਾਂ ਸਪਰੇਅ, ਇਹਦਾ ਐੱਮ ਆਰ ਪੀ ਪ੍ਰਾਈਜ਼ ਵੀ ਜ਼ਿਆਦਾ ਆ ਜੋ ਕਿ ਤੁਸੀਂ ਦੇਖ ਸਕਦੇ ਹੋ, 1240 ਰੁਪਏ ਦਾ ਇਹ ਪੈਕਟ ਆ 7 ਬੀਘਿਆਂ ਦਾ, ਅਤੇ 7 ਬੀਘਿਆਂ ਦੇ ਵਿੱਚ ਆਪਾਂ ਇਹ ਪਾ ਸਕਦੇ ਹਾਂ। ਇਹ ਉੱਲੀ ਤੋਂ ਆ ਵੀਰੇ, ਇਹਦਾ ਬੈਸਟ ਰਿਜ਼ਲਟ ਆ ਕਿਉਂਕਿ ਆਪਣੇ ਬਿਮਾਰੀ ਲੱਗ ਰਹੀ ਸੀਗੀ ਜੀਰੀ ਨੂੰ ਜ਼ਿਆਦਾ, ਤਾਂ ਆਪਾਂ ਇਹ ਦਵਾਈਆਂ ਦਾ ਆਪਾਂ ਕਰ ਰਹੇ ਹਾਂ ਘੋਲ ਬਣਾ ਕੇ ਕਰ ਰਹੇ ਹਾਂ ਸਪਰੇਅ। ਅਤੇ ਇੱਧਰੋਂ ਚੱਲ ਰਹੇ ਨੇ ਉਹ ਸਾਹਮਣੇ ਆਪਣੇ 10 ਬੀਘੇ ਵਾਲੇ ਪਾਸੇ ਬੰਦੇ। ਅਤੇ ਵੀਰੇ ਤੁਹਾਨੂੰ ਆਪਾਂ 26 ਜੀਰੀ ਦੀ ਗੇਤੀ ਯਾਰ ਪਛੇਤੀ ਦਿਖਾਉਂਦੇ ਹਾਂ। ਆਹ ਤਾਂ ਹੈਗੀ ਵੀਰੇ ਪਛੇਤੀ ਜੀਰੀ, ਇਹ ਲੱਗੀ ਵੀ ਆਪਣੀ ਜੁਲਾਈ ਦੇ ਲਾਸਟ 'ਚ ਹਫ਼ਤੇ ਜੇ 'ਚ, ਅਤੇ ਉਹ ਵੀਰੇ ਜੁਲਾਈ ਦੇ ਲੱਗੀ ਵੀ ਆ ਪਹਿਲੇ 8 ਤਕਰੀਬਨ 7-8 ਤਰੀਕ ਨੂੰ। ਅਤੇ ਤੁਸੀਂ ਦੇਖ ਸਕਦੇ ਹੋ ਵੀ ਜੀਰੀ ਤਾਂ ਖੜ੍ਹੀ ਆ ਝੋਟੇ ਦੇ ਸਿਰ ਵਰਗੀ, ਪਰ ਐਤਕੀ ਬ੍ਰਦਰ ਸਰਕਾਰਾਂ ਦੁਖੀ ਬਹੁਤ ਕਰ ਰਹੀਆਂ ਨੇ, ਹੁਣ 26 ਜੀਰੀ ਲੈ ਨਹੀਂ ਰਹੀਆਂ ਹੈਗੀਆਂ, ਰੇਟ ਜੋ ਕਿ ਆ ਜਮ੍ਹਾਂ ਹੀ ਡਿੰਮ ਆ। ਅਤੇ ਜਿਵੇਂ ਹੁਣ ਜੇ 26 ਜੀਰੀ ਕਾਮਯਾਬ ਆ, ਹੁਣ ਕਹਿੰਦੇ ਆ ਸਰਕਾਰਾਂ ਵੀ 26 ਜੀਰੀ ਲਾਓ ਵੀ ਟਾਈਮ ਵੀ ਘੱਟ ਲੈਂਦੀ ਆ, ਸਪਰੇਅ ਵੀ ਘੱਟ ਲੈਂਦੀ ਆ। ਅਤੇ ਹੁਣ ਆਪਾਂ ਇਹਦੇ ਪਰ ਇੱਕ ਸਪਰੇਅ ਕਰੀ ਆ ਹਲੇ ਤੱਕ ਵੀਰੇ, ਤੁਸੀਂ ਜੀਰੀ ਦੀ ਦੇਖ ਸਕਦੇ ਹੋ ਵੀ ਗਰੋਥ ਵੀ ਵਧੀਆ, ਦਾਣੇ ਦੀ ਮਟਾਈ ਵੀ ਬਹੁਤ ਵਧੀਆ, ਦਾਣਾ ਪੱਕ ਵੀ ਗਿਆ। ਪਰ ਵੀਰੇ ਉਹਨੂੰ ਵੀ ਕੀ ਕਰਾਂਗੇ, ਪਰ ਜੇ ਹੁਣ ਜੇ ਝਾੜ ਤਾਂ ਵਧੀਆ ਦੇ ਦੂਗੀ ਪਰ ਜੇ ਰੇਟ ਨਹੀਂ ਹੈਗਾ ਤਾਂ ਉਹਦਾ ਵੀ ਕੀ ਫਾਇਦਾ। ਅਤੇ ਇਹਨੂੰ ਹਲਦੀ ਵੀ ਪੈ ਗਈ ਸੀਗੀ ਥੋੜ੍ਹੀ ਥੋੜ੍ਹੀ ਜਿਹਾ ਮਾਮੂਲੀ ਜੀ ਕਿਤੇ ਕਿਤੇ, ਅਤੇ ਆਪਾਂ ਉਹ ਵੀ ਆਪਾਂ ਤੁਹਾਨੂੰ ਪਤਾ ਹੀ ਓਡਾਮਾ ਕੰਪਨੀ ਦੀ ਪਾਈ ਆ ਸਪਰੇਅ, ਆਪਾਂ ਸਪਰੇਅ ਦਾ ਛਿੜਕਾਅ ਕਰਿਆ। ਪਰ ਜਿਵੇਂ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਰੇਟ ਹੈਗਾ ਵੀਰੇ, ਸਾਡੇ ਉਰੇ ਇੱਕ ਬੰਦੇ ਨੇ ਵੱਡੀ ਆਲੂ ਵਾਲੇ ਵੀਰ ਨੇ, ਉਹਦਾ ਰੇਟ ਲੱਗਿਆ ਸੀਗਾ 1584 ਰੁਪਈਏ, ਅਤੇ ਉਹ ਵੀ ਕੀ ਕਰੂਗਾ ਵੀਰੇ ਪਟਿਆਲੇ ਮੰਡੀ ਦੇ ਵਿੱਚ ਲੱਗਿਆ। ਅਤੇ ਹੁਣ ਬਾਕੀ ਦੇਖੋ ਕਿਵੇਂ ਚੱਲਦਾ, ਆ ਗਿਆ ਸੀਜ਼ਨ ਮੂਹਰੇ, ਭਗਵੰਤ ਮਾਨ ਸਰਕਾਰ ਨੇ ਵੀ ਕਰੀ ਆ ਗੱਲ, ਕਹਿੰਦੇ ਕੱਲ੍ਹ ਟੀਮ ਬਿਠਾਈ ਸੀਗੀ, ਸਾਡੇ ਨੌਜਵਾਨ ਚੱਲੇ ਨੇ ਸਪਰੇਅ ਵਾਲੇ ਪੰਪ ਲੈ ਕੇ। ਅਤੇ ਬਾਕੀ ਤੁਹਾਨੂੰ ਹੋਰ ਵੀ ਇੱਦਾਂ ਦੀਆਂ ਵੀਡੀਓ ਦਿਖਾਉਂਦੇ ਰਹਿੰਦੇ ਹਾਂ ਆਪਣੇ ਚੈਨਲ ਨਾਲ, ਤੁਸੀਂ ਬਣੇ ਰਹੋ ਚੈਨਲ ਨੂੰ, ਕਰ ਲਓ ਸਬਸਕ੍ਰਾਈਬ, ਵਧੀਆ ਜਾਣਕਾਰੀ ਲੈਣ ਵਾਸਤੇ, ਨੌਲੇਜੇਬਲ ਗੱਲਾਂ ਲੈਣ ਵਾਸਤੇ, ਜਾਣਕਾਰੀ ਲੈਣ ਵਾਸਤੇ ਤੁਸੀਂ ਕਿਹੜੀ ਕੰਪਨੀ ਦੀ ਸਪਰੇਅ ਕਰ ਸਕਦੇ ਹੋ, ਅਤੇ ਹੋਰ ਵੀ ਅੱਗੇ ਅੱਗੇ ਕਣਕ ਦੇ ਕਿਹੜੇ ਬੀਜ ਹੋਣਗੇ। ਜੇ ਵੀਰ ਉਹਨਾਂ ਤੋਂ ਸਪਰੇਅ ਕਰਨੀ ਆ ਆਪਣੇ ਪਟਿਆਲਾ ਏਰੀਆ ਹੋ ਗਿਆ, ਰਾਜਪੁਰਾ ਹੋ ਗਿਆ, ਸਰਹੰਦ ਹੋ ਗਿਆ, ਇੱਧਰੋਂ ਖੰਨਾ, ਮਲੋਹ, ਭਾਰਸੋਂ, ਨਾਭਾ, ਜਿੱਥੇ ਤੱਕ ਇਕੱਠਾ ਕੰਮ ਹੋਵੇ ਵੀਰ ਉਹਨਾਂ ਨੂੰ ਕਰ ਲਿਆ ਕਰੋ ਸੰਪਰਕ। ਤਾਂ ਨੰਬਰ ਦੱਸੋ ਜੀ ਤੁਹਾਡਾ ਕਿੰਨਾ ਇੱਕ ਜਣੇ ਦਾ? ਨੰਬਰ ਆ ਵੀਰੇ 9876 90836 90836 ਹੈ ਜੀ। ਬਸ ਠੀਕ ਆ, ਨੰਬਰ ਕਰ ਲਓ ਵੀਰਾਂ ਦਾ ਨੋਟ। ਅਤੇ ਚੱਲ ਰਹੀ ਆ ਕਾਲੇ ਤੇਲੇ ਦੀ ਸਪਰੇਅ, ਤੁਸੀਂ ਹੋਰ ਵੀ ਵੀਰ ਉਹਨਾਂ ਦੀਆਂ ਵੀਡੀਓ ਦੇਖੀਆਂ ਨੇ, ਆਪਣੀ ਜੀਰੀ ਪਾਲੀ ਹੈ ਇਹਨਾਂ ਨੇ, ਅਤੇ ਘੋਲ ਲਾਣੇਦਾਰ ਗਰਮੀ ਤੋਂ ਤੰਗ ਆ ਕੇ ਖੜ੍ਹ ਗਿਆ ਡੀਕ ਨਾਲ ਲੱਗ ਕੇ ਆਪਣਾ ਜਾਮਣ ਨਾਲ। ਅਤੇ ਇੱਧਰਲੇ ਬੰਦੇ ਸਾਡੇ ਨੌਜਵਾਨ ਲੱਗੇ ਹੋਏ ਨੇ ਸਪਰੇਅ ਕਰਨ, ਟੀਮ ਲੱਗੀ ਵੀ ਆ ਪੂਰੀ, ਚੱਕ ਰਹੀ ਆ ਫੱਟੇ, ਧੂੜਾਂ ਧੂੜਾਂ ਠਾਲੀਆਂ ਪਈਆਂ ਨੇ। ਅਤੇ ਇੱਧਰਲੇ ਪਾਸੇ ਜੇ ਟੋਪਾ ਲਾਤੇ ਸੀਗੇ ਪਿਆਜ਼, ਜੋ ਕਿ ਸਿਆਲੂ ਪਿਆਜ਼ ਹੁੰਦੇ ਨੇ, ਲੋਹੜੀ ਦੇ ਟਾਈਮ ਆ ਕੇ ਆਪਾਂ ਪੱਟੇ ਜਾਂਦੇ ਹੁੰਦੇ ਨੇ। ਅਤੇ ਇੱਧਰ ਸਾਡਾ ਬਈ ਹੋ ਗਿਆ ਕੰਮ, ਅੱਜ ਦਾ ਸਮਾਪਤ, ਸਪਰੇਅ ਹੋ ਗਈ,
ਤਕਰੀਬਨ 300 ਪੰਪ ਦਾ ਗੇਟ ਕੱਢਤਾ ਇਹਨਾਂ ਨੇ ਦੋ ਦਿਨਾਂ ਦੇ ਵਿੱਚ, ਲੱਗੇ ਵੀ ਸੀ ਅੱਜ ਵੀ, ਤੇ ਹੁਣ ਬਾਈ ਉਹ ਨਹੀਂ ਹੋ ਚੁੱਕੇ ਨੇ ਰਵਾਨਾ। ਤੇ ਬਾਈ ਤੁਹਾਨੂੰ ਕਿਵੇਂ ਲੱਗੀ ਸਾਡੀ ਜਾਣਕਾਰੀ, ਤੁਸੀਂ ਵੀਡੀਓ ਨੂੰ ਦੱਸਿਓ ਕਮੈਂਟ ਵਿੱਚ ਜ਼ਰੂਰ। ਠੀਕ ਹੈ ਵੀ, ਹੋਰ ਤੇ ਫੱਟੇ ਫਿਰ ਕਹਿੰਦੇ ਮੇਰੇ ਵੀਰੋ ਸਪਰੇ ਅਖੀਰਲੀ ਸੀਗੀ ਨਿਬੜ ਗਈ, ਸਾਡਾ ਫੋਨ ਵੀ 1% ਰਹਿ ਗਿਆ। ਬਲੌਗ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਲਾਈਕ ਕਮੈਂਟ ਕਰਕੇ ਦੱਸ ਦਿਓ ਤੇ ਮਿਲ